ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਸਜੀ ਸਮੂਹ ਮਾਈ ਭਾਈ ਧੰਨ ਧੰਨ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ, ਕਿਉਂਕਿ ਗੁਰੂ ਦੇ ਨਾਲ ਗੁਰੂ ਦੇ ਸੇਵਕ ਵੀ ਪੂਜੇ ਜਾਂਦੇ ਹਨ, ਪਰ ਉਹ ਜਿਹੜੇ ਗੁਰੂ ਦੇ ਹੋ ਗਏ ਇਸ ਪਾਵਨ ਸਥਾਨ 'ਤੇ ਹਾਜ਼ਰੀਆਂ ਭਰ ਰਹੇ, ਸਤਿਗੁਰਾਂ ਦੀ ਬਖਸ਼ੀ ਫਤਿਹ ਪ੍ਰਵਾਨ ਗੁਰੂ ਨਾਲ ਆਪਣੀ ਅਸੀਸ ਬਖਸ਼ੋ ਤਾਂ ਜੋ ਕੀਰਤਨ ਦੁਆਰਾ ਆਪ ਜੀ ਦੀ ਸੇਵਾ ਕਰ ਸਕੀਏ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀਓ, ਇੱਕ ਤੇ ਸ਼ਹੀਦਾਂ ਦਾ ਸਥਾਨ ਔਰ ਫਤਿਹ ਇੰਨੀ ਢਿੱਲੀ, ਫਤਿਹ ਆਪ ਜੀ ਨੂੰ ਬੁਲਾਈ ਹੈ ਤੇ ਜਵਾਬ ਵੀ ਆਪ ਜੀ ਨੇ ਦੇਣਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵੱਡੇ ਭੈਣ ਬੇਬੇ ਨਾਨਕੀ, ਤਿਨ੍ਹਾਂ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਦਾ ਸਮਾਗਮ ਰੱਖਿਆ ਗਿਆ। ਤੋ ਬੇਬੇ ਨਾਨਕੀ ਦਾ ਪਿਆਰ ਔਰ ਸਤਿਗੁਰਾਂ ਦਾ ਪਿਆਰ ਕੈਸਾ ਸੀ ਆਪਾਂ ਵਿਚਾਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਸ਼ਬਦ ਆਪਾਂ ਅਰਦਾਸ ਬੇਨਤੀ ਦਾ, ਕਿਉਂਕਿ ਜਿਤਨੇ ਵੀ ਆਪਾਂ ਹਾਂ ਅਸੀਂ ਵੀ ਤੁਹਾਡੇ ਨਾਲ ਹੀ ਹਾਂ, ਦੂਰੋਂ ਨੇੜਿਓਂ ਚੱਲ ਕੇ ਆਏ ਹਾਂ। ਕਿਉਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ, ਘਰ ਨੇ ਪਰਿਵਾਰ ਨੇ ਔਰ ਦੁੱਖ ਵੀ ਕਲੇਸ਼ ਵੀ ਨੇ, ਖੁਸ਼ੀਆਂ ਵੀ, ਬਹੁਤ ਕੁਝ ਮਿਲਿਆ ਹੋਇਆ ਤੇ ਬਹੁਤ ਕੁਝ ਚਾਹੀਦਾ। ਕੋਈ ਧੀ ਪੁੱਤਰ ਚਾਹੁੰਦਾ, ਕੋਈ ਧੀਆਂ ਪੁੱਤਰਾਂ ਦੀ ਸੁੱਖ ਚਾਹੁੰਦਾ, ਕੋਈ ਚਾਹੁੰਦਾ ਰਿਸ਼ਤੇ ਹੋਣ, ਹੋ ਗਏ ਨੇ ਤੇ ਸੁਖੀ ਨਹੀਂ ਵਸਦੇ। ਕਈ ਧੀ ਪੁੱਤਰ ਚਾਹੁੰਦੇ ਨੇ, ਕਈਆਂ ਦੇ ਕੰਮ ਕਾਰ ਬਹੁਤ ਸਨ ਹੁਣ ਨਹੀਂ ਹੈਗੇ, ਕਈ ਕੁਛ ਜੀਵਨ ਚ ਇਕੱਠਾ ਹੋਇਆ ਹੋਇਆ, ਤੇ ਫਿਰ ਜਿਸ ਵੇਲੇ ਦੱਸ ਪੈਂਦੀ ਹੈ ਇੱਥੋਂ ਕੁਝ ਮਿਲ ਜਾਏਗਾ ਤੇ ਫਿਰ ਗੁਰਸਿੱਖ ਆਪਣੇ ਗੁਰੂ ਗ੍ਰੰਥ ਸਾਹਿਬ ਕੋਲ ਆਉਂਦਾ, ਉਹ ਦਰਾਦਰ ਨਹੀਂ ਭਟਕਣਾ। ਤਾਂ ਆਓ ਜਿਤਨੇ ਆਪਾਂ ਬੈਠੇ ਹਾਂ, ਪਹਿਲਾ ਸ਼ਬਦ ਅਰਦਾਸ ਬੇਨਤੀ ਦਾ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੀਏ। ਕਹੀਏ, ਹੇ ਸਤਿਗੁਰ, ਆਪਣੇ ਪਿਆਰਿਆਂ ਦੇ ਸਦਕਾ, ਧੰਨ ਧੰਨ ਬਾਬਾ ਹਨੂੰਮਾਨ ਸਿੰਘ ਦੇ ਸਦਕਾ ਸਾਡੀ ਵੀ ਛੋਲੀ ਖੈਰ ਪਾ ਦੇ, ਚੰਗੇ ਮਾੜਿਆਂ ਜੈਸੇ ਵੀ ਹਾਂ ਤਾਂ ਦੇ ਰਹੀ ਨਾ, ਤੇ ਕਰਕੇ ਪਰ ਸਾਡੇ ਔਗੁਣ ਨਾ ਦੇਖੀ ਤੇ ਗੁਣ ਵੀ ਨਾ ਦੇਖੀ, ਕਿਉਂਕਿ ਕਈ ਵਾਰੀ ਗੁਣਾਂ ਦਾ ਹੰਕਾਰ ਹੋ ਜਾਂਦਾ ਕਿ ਸ਼ਾਇਦ ਮੈਂ ਬਹੁਤ ਚੰਗਾ ਵਾਂ। ਗੁਣ ਵੀ ਨਾ ਦੇਖਣਾ, ਬਸ ਸਿਰ ਤੇ ਹੱਥ ਰੱਖ, ਘਰ ਪਰਿਵਾਰ ਸੁਖੀ ਵਸਣ, ਦੁਸ਼ਟਾਂ ਦੁਖੀਆਂ ਤੋਂ ਬਚਾ, ਤੇਰੇ ਚਰਨਾਂ ਨਾਲ ਮਨ ਵੀ ਜੁੜਿਆ ਰਹੇ, ਤੇਰੀ ਮਿਹਰ ਦੀ ਨਜ਼ਰ ਰਹੇ ਤੇ ਆਪਣੇ ਘਰ ਪਰਿਵਾਰ ਚ ਕੰਮਾਂ ਕਾਰਾਂ ਚ ਸੁਖੀ ਵਸੀ, ਐਸੀ ਰਹਿਮਤ ਕਰੀ। ਪਹਿਲਾ ਸ਼ਬਦ ਆਪਾਂ ਅਰਦਾਸ ਬੇਨਤੀ ਦਾ, ਫਿਰ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਤੇ ਨਾਲ ਬੇਬੇ ਨਾਨਕੀ ਉਹਨਾਂ ਦੇ ਜੀਵਨ ਦਾ, ਸਤਿਗੁਰਾਂ ਦੇ ਪਰਿਵਾਰ ਦਾ ਇਤਿਹਾਸ ਆਪਾਂ ਸਰਵਣ ਕਰਾਂਗੇ। ਬੈਠੇ ਇੱਥੇ ਪ੍ਰਵਾਸੀ ਨਨਕਾਣਾ ਸਾਹਿਬ ਦੇ ਹੋਣਾ, ਅਜੁਨੀ ਸੈਭੰ
ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਨਿਮਾਣਿਓ ਕੇ ਮਾਨ ਗੁਰੂ ਨਿਤਾਣਿਓ ਕੇ ਤਾ ਕਿਰਪਾ ਕਰੋ ਮੇਰੇ
Thank you.
ਬਾਬਾ ਜਿਵੇਂ ਦਾਸ ਨੇ ਸ਼ੁਰੂ ਕੀਤਾ ਸਾਰੇ ਘਰ ਪਰਿਵਾਰਾਂ ਵਾਲੇ ਕੋਈ ਨਾ ਕੋਈ ਆਸ ਲੈ ਕੇ ਆਏ ਠੀਕ ਹੈ ਕਿਸੇ ਨੂੰ ਆਪਾਂ ਦੱਸਣਾ ਨਹੀਂ ਹੁੰਦਾ ਮਨ ਚ ਤੇ ਹੈ ਪਰ ਗੁਰੂ ਅੱਗੇ ਤੇ ਮਨ ਰੱਖਣਾ ਜੋ ਵੀ ਮਨ ਦੀ ਇੱਛਾ ਹੈ ਉਹਨੂੰ ਮਨ ਚ ਲੈ ਕੇ ਆਓ ਔਰ ਇਉਂ ਨਾ ਗਾਇਓ ਕਿ ਭਾਈ ਸਾਹਿਬ ਨੇ ਕਿਹਾ ਤਾਂ ਗਾਣਾ ਅਸੀਂ ਪ੍ਰੇਰਨਾ ਦੇਣੀ ਹੈ ਗਾਣਾ ਤੁਸੀਂ ਆਪਣੇ ਆਪਣੇ ਬਣੇ ਬਣੇ ਕਿਉਂਕਿ ਬੇਬੇ ਨਾਨਕੀ ਸਤਿਗੁਰ ਨਾਨਕ ਦਾ ਇਤਿਹਾਸ ਸਰਵਣ ਕਰਨਾ ਇਸ ਕਰਕੇ ਕਰੋ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਸਤਿਗੁਰੂ ਨਾਨਕ ਦੇ ਤੇ ਕਹੋ ਹੇ ਦਾਦਾ ਕਿਰਪਾ ਕਰ ਪੰਗਤੀ ਹੈ ਮਾਟੀ ਕਾ ਕਿਆ ਧੋਪੈ ਸੋਹਣ ਮਿੱਟੀ ਨੂੰ ਜਿੰਨਾ ਮਰਜ਼ੀ ਧੋਵੋ ਮਿੱਟੀ ਨੇ ਮਿੱਟੀ ਰਹਿਣੀ ਮਾਨਸ ਕੀ ਕਰਦੀ ਹੈ ਮਾਨਸ ਕਹਿੰਦੇ ਨੇ ਬੰਦੇ ਨੂੰ ਸਾਡਾ ਬੰਦਿਆਂ ਦਾ ਵੀ ਆ ਅੱਜ ਭੁੱਲ ਕੀਤੀ ਫਿਰ ਅਰਦਾਸ ਕੀਤੀ ਕੱਲ ਨੂੰ ਫਿਰ ਭੁੱਲ ਕੀਤੀ ਭਾਵ ਅਸੀਂ ਭੁੱਲਣ ਹਾਰਾਂ ਪਰ ਦਾਤਿਆ ਤੂੰ ਬਖਸ਼ਣ ਹਾਰਾਂ ਤੂੰ ਆਪਣਾ ਸੁਭਾਅ ਨਾ ਬਦਲੀ ਕਿਉਂਕਿ ਜੇ ਤੂੰ ਬਖਸ਼ਣਾ ਛੱਡ ਦਿੱਤਾ ਫਿਰ ਸਾਡਾ ਕਿਸੇ ਯੁੱਗ ਭਲਾ ਨਹੀਂ ਆਓ ਭਗਤੀ ਪੜ੍ਹੋ ਇੱਕ ਪਾਸੇ ਸੇਵਕ ਇੱਕ ਪਾਸੇ ਸਾਰੀ ਸੰਗਤ ਬਿਨਾਂ ਤਬਲੇ ਦੇ ਗਾਵਾਂਗੇ ਤਾਂ ਕਿ ਸਾਰੇ ਗਾ ਜਿਹੜੇ ਇੱਥੇ ਸਰਵਣ ਕਰ ਰਹੇ ਹੋ ਜਾਂ ਘਰਾਂ 'ਚ ਬੈਠੇ ਨੈੱਟ ਰਾਹੀਂ ਕਿਉਂਕਿ ਸਮਾਂ ਹੁੰਦਾ
ਜਦੋਂ ਮਨ ਜੁੜਿਆ ਹੋਵੇ ਦਾਤਾ ਮੰਗ ਲਓ ਭਾਵੇਂ ਦਾਤੇ ਨੂੰ ਮੰਗ ਲਓ। ਕਿਰਪਾ ਕਰੋ ਕਿਰਪਾ ਕਰੋ ਦੇਨ ਕੇ ਦਾਤੇ ਜਪੋ ਜੀ ਕਿਰਪਾ ਕਰੋ ਦੇਨ ਕੇ ਦਾਤੇ। ਜਦੋਂ ਕਿਸੇ ਕੋਲੋਂ ਮੰਗਣ ਜਾਈਦਾ ਪਹਿਲਾਂ ਬੈਲ ਮਾਰਦੇ ਹਾਂ, ਫਿਰ ਵੀ ਨਾ ਕੋਈ ਦਰਵਾਜ਼ਾ ਖੋਲ੍ਹੇ ਫਿਰ ਖੜਕਾਉਂਦੇ ਹਾਂ, ਫਿਰ ਵੀ ਨਾ ਖੋਲ੍ਹੇ ਫਿਰ ਰੱਖ ਕੇ ਆਵਾਜ਼ ਮਾਰਦੇ। ਫਿਰ ਅਗਲਾ ਕਹਿੰਦਾ ਯਾਰ ਦੇਖੋ ਕੌਣ ਹੈ, ਖਿਹੜਾ ਨਹੀਂ ਛੱਡਦਾ ਪਿਆ ਕੋ ਸਾਧਾ ਰਹਾ। ਗੁਰਬਾਣੀ ਵੀ ਕਮਾਲ ਹੈ, ਭਗਤ ਨਾਮਦੇਵ ਜੀ ਕਹਿੰਦੇ ਨੇ ਮੈਂ ਵੀ ਇੰਨਾ ਪੁਕਾਰਿਆ ਇੰਨਾ ਪੁਕਾਰਿਆ, ਇੱਕ ਦਿਨ ਕਹਿਣਾ ਹੀ ਪਿਆ ਤੂੰ ਕੌਣ ਰੇ ਤੂੰ ਕੌਣ ਹੈ, ਇੰਨਾ ਪੁਕਾਰੀ ਜਾਂਦਾ ਤੇ ਕਿਹਾ ਮੈਂ ਜੀ ਨਾਮਾ ਆਖੋ ਸਾਧਾ ਰਹਾ। ਆਓ ਆਪਾਂ ਵੀ ਬਾਣੀ ਤੋਂ ਸੇਧ ਲੈਣੀ ਹੈ ਨਾ, ਇੱਕ ਵਾਰੀ ਹੋਰ ਕਰੋ ਕਿਰਪਾ ਤੇ ਨਾਲੇ ਮਨ ਦੀਆਂ ਛਾਵਾਂ ਵੀ ਸਤਿਗੁਰ ਅੱਗੇ ਰੱਖੇ ਦਾਤਾ। ਝੋਲੀਆਂ ਭਰਨ ਵਾਲਾ ਹੈ ਨਾ ਸਾਡੀਆਂ ਵੀ ਭਰਦੇ, ਪਰ ਸਾਡੇ ਔਗਣ ਨਾ ਦੇਖੀ ਬਖਸ਼ ਦੇਵੀ ਤੇ ਅੱਗੋਂ ਚੰਗੇ ਹੋ ਜਾਈਏ, ਇਹ ਮੇਰਾ ਮਨ ਹੈ। ਕਿਰਪਾ ਕਰੋ ਦੀਨ ਕੇ ਦਾਤੇ ਜਪੋ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰੋ ਕੋਈ, ਮੇਰਾ ਗੁਣ ਅਵ ਗੁਣ ਨਾ ਵਿਚਾਰੋ ਕੋਈ, ਮਾਤੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸੰਖੇਪ ਜਿਹਾ ਆਪ ਜੀ ਨੂੰ ਗਿਆਨ ਕਰਾ ਦੀਏ, ਕਿਉਂਕਿ ਆਪਾਂ ਫਿਰ ਕਥਾ ਸਰਵਣ ਕਰਨੀ ਹੈ।
ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਸ਼ਬਦ ਆਪ ਅਕਾਲ ਪੁਰਖ ਦਾ ਰੂਪ ਹੈ ਔਰ ਉਸ ਅਕਾਲ ਪੁਰਖ ਨਾਲ ਕਿਤਨਾ ਪਿਆਰ ਹੈ। ਕੀ ਕਹਿੰਦੇ ਨੇ ਸਤਿਗੁਰ ਹਉ ਵਾਰੀ ਵੰਜਾ ਖੰਨੀਏ ਵੰਜਾ ਤਉ ਸਾਹਿਬ ਕੇ ਨਾਮ ਮੈਂ ਤੇਰੇ ਤੋਂ ਸਦਕੇ। ਖੰਨੀਏ ਕਹਿੰਦੇ ਨੇ ਪੋਟਾ ਪੋਟਾ ਕਰਕੇ ਆਪਣੇ ਸਰੀਰ ਦੇ ਟੁਕੜੇ ਕਰਾ ਲਿਆ। ਹਉ ਵਾਰੀ ਵੰਜਾ ਖੰਨੀਏ ਵੰਜਾ ਤਉ ਸਾਹਿਬ ਕੇ ਨਾਮ ਤੇਰੇ ਤੋਂ ਸਦਕੇ। ਹੁਣ ਗੁਰਬਾਣੀ ਹੈ ਨਾ, ਕਿਸੇ ਦੇ ਮਨ ਚ ਆ ਸਕਦਾ ਕੋਈ ਆਪਣੇ ਛੋਟੇ ਛੋਟੇ ਟੁਕੜੇ ਕਰਾ ਸਕਦਾ ਉਸ ਵਾਹਿਗੁਰੂ ਦੇ ਨਾਂ ਤੇ। ਗੁਰੂ ਦੇਵ ਸ਼ਹੀਦਾਂ ਦਾ ਸਥਾਨ ਹੈ ਤੇ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੂੰ ਲਾਹੌਰ ਕਿਹਾ ਗਿਆ ਸਿੱਖੀ ਛੱਡ ਦੋ ਤੇ ਭਾਈ ਮਨੀ ਸਿੰਘ ਬਜ਼ੁਰਗ ਨੇ ਕਹਿੰਦੇ ਨੇ ਤੇ ਕੇਸਾਂ ਸੌਸਾਂ ਨਾਲ ਹੀ ਨਵੇਂ ਹੁਕਮ ਹੋ ਗਿਆ ਸੀ ਇਹਨਾਂ ਦੇ ਬੰਦ ਬੰਦ ਕੱਟ ਦਿਓ ਜਿਵੇਂ ਇਹ ਹੱਥ ਹੋ ਗਿਆ। ਹਜ਼ਾਰਾਂ ਲੋਕ ਚੌਂਕ ਚ ਖਲੋਤੇ ਹੋ ਗਏ। ਕਾਜੀ ਹੈ, ਜਲਾਦ ਹੈ, ਇੱਕ ਗੋਲ ਲੱਕੜ ਰੱਖੀ ਸਾਹਮਣੇ, ਟੋਕਾ ਹੈ ਲੱਕੜਾ ਕੱਟਣ ਵਾਲਾ ਤੇ ਜਲਾਦ ਜਿਹੜਾ ਸੀ ਉਹ ਮਨ ਚ ਸੋਚਦਾ ਹੈ ਬਜ਼ੁਰਗ ਹੈ, ਦਰਦ ਸਿਆ ਵੱਡੇ ਵੱਡੇ ਟੁਕੜੇ ਕਰਦੇ ਤੇ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਤੈਨੂੰ ਹੁਕਮ ਹੈ ਨਾ ਬੰਦ ਬੰਦ ਕੱਟਣ ਦਾ, ਤੂੰ ਮੇਰੇ ਵੱਡੇ ਟੁਕੜੇ ਕਿਉਂ ਕਰਨਾ ਚਾਹੁੰਦਾ। ਕਾਜੀ ਕਹਿਣ ਲੱਗਾ ਤਰਸ ਆ ਗਿਆ, ਤੁਹਾਡੇ ਕੋਲ ਸਹਿਆ ਨਹੀਂ ਜਾਣਾ ਤੇ ਭਾਈ ਮਨੀ ਸਿੰਘ ਦਾ ਹਾਥੀਓਂ ਪਿਆ ਸੀ ਨਾ ਲੱਕੜ ਤੇ, ਜਲਾਦ ਨੇ ਤੂੰ ਗੁੱਟ ਪਕੜਿਆ ਹੋਇਆ ਸੀ ਇੱਕ ਹੱਥ ਚ, ਹੁਣ ਕਹਿਣਾ ਤੇ ਸੌਖਾ ਹੁੰਦਾ ਸਾਧ ਜੀ ਟੋਕਾ ਹੈ ਜਿਹੜਾ ਲੱਕੜਾਂ ਕੱਟਦਾ ਤਿੱਖਾ। ਤੇ ਭਾਈ ਮਨੀ ਸਿੰਘ ਨੇ ਇੱਕ ਉਂਗਲ ਵੀ ਨਾਲ ਰੱਖ ਦਿੱਤੀ ਤੇ ਕਿਹਾ ਮੈਂ ਤੇਰਾ ਜਿਗਰਾ ਦੇਖਾਂਗਾ ਤੂੰ ਕੱਟਦਾ ਕਿਵੇਂ ਆ ਮੈਨੂੰ, ਤੂੰ ਸਿੱਖ ਦਾ ਜਿਗਰਾ ਦੇਖੋ ਬੰਦ ਬੰਦ ਕਿਵੇਂ ਕਟਾਉਂਦਾ ਆਖੋ ਸਤਨਾਮ ਉਸਦੇ। ਤੇ ਕਿਹਾ ਇਤਨੇ ਇਤਨੇ ਟੁਕੜੇ ਕਰ ਮੇਰੇ, ਕਿਉਂਕਿ ਮੇਰੇ ਸਤਿਗੁਰੂ ਨਾਨਕ ਦੀ ਬਾਣੀ ਹੈ ਹਉ ਵਾਰੀ ਵੰਜਾ ਖੰਨੀਏ ਵੰਜਾ ਤਉ ਸਾਹਿਬ ਕੇ ਨਾਮ ਤੂੰ ਸਿੱਖ ਦਾ ਜਿਗਰਾ ਦੇਖੋ। ਧੰਨ ਹੈ ਸਤਿਗੁਰ ਨਾਨਕ, ਧੰਨ ਉਹਦੀ ਬਾਣੀ ਤੇ ਧੰਨ ਉਹਦੇ ਪਿਆਰੇ, ਬਾਣੀ ਤੇ ਕਿਵੇਂ ਪਹਿਰਾ ਦਿੰਦੇ ਆ ਆਖੋ ਸਤਨਾਮ ਸ੍ਰੀ ਅਕਾਲ। ਹੁਣ ਤੁਸੀਂ ਜਿਤਨੇ ਆਏ ਹੋ ਭਾਵੇਂ ਕੋਈ ਸ਼ਾਮਾਂ ਵੀ ਨੇ ਮਨ ਚ, ਕੋਈ ਵੈਸੇ ਸ਼ਰਧਾ ਨਾਲ ਆਏ ਨੇ, ਆਏ ਤੇ ਉਹ ਨਾ ਸਾਰੀ ਦੁਨੀਆਂ ਛੱਡ ਕੇ, ਇੱਕ ਅਲੱਗ ਹੀ ਰੰਗ ਹੈ ਇਹ ਕਹੋ ਕਬੀਰ ਇਹ ਕਹੀਏ ਕਾਹੇ ਸਾਧ ਸੰਗ ਬੈਕੁੰਠੇ ਆਏ। ਆਓ ਹੁਣ ਇਹ ਸ਼ਬਦ ਸਰਵਣ ਕਰੀਏ ਨਾਨਕ ਇਤਿਹਾਸ ਜਿਤਨਾ ਸਮਾਤਮਾ ਕੋਲ, ਜਿਹੜੇ ਨਾਲ ਬੋਲ ਸਕੋ ਜ਼ਰੂਰ ਜਪਿਓ ਕਿ ਉਹ ਸਤਿਗੁਰ ਤੁਸੀਂ ਕਹਿੰਦੇ ਹੋ ਅਕਾਲ ਪੁਰਖ ਅਸੀਂ ਤੇਰੇ ਤੋਂ ਨਾਮ, ਤੇਰੇ ਨਾਮ ਤੋਂ ਸਦਕੇ ਤੂੰ ਵੀ ਤੂੰ ਉਹਦਾ ਹੀ ਰੂਪ ਹੈ ਸਤਿਗੁਰ ਅਸੀਂ ਤੇਰੇ ਤੋਂ ਸਦਕੇ ਬੇਬੇ ਨਾਨਕ ਵੀ ਤੂੰ ਸਦਕੇ। ਕੰਨੀਏ
ਜਿੱਥੇ ਧੰਨ ਗੁਰੂ ਨਾਨਕ ਸਾਹਿਬ ਨੇ ਅਵਤਾਰ ਲਿਆ, ਜਨਮ ਲਿਆ। ਰਾਏ ਭੋਏ ਦੀ ਤਲਵੰਡੀ, ਪਰ ਹੁਣ ਹੋ ਗਿਆ ਨਨਕਾਣਾ ਸਾਹਿਬ, ਆਖੋ ਸਤਨਾਮ ਸਿੰਘ। ਅੱਜ ਘਰ ਦੇ ਵਿਹੜੇ ਵਿੱਚ, ਵਿਹੜਾ ਕਈਆਂ ਨੂੰ ਪਤਾ ਨਹੀਂ ਕਿਉਂਕਿ ਪੁਰਾਣੀਆਂ ਬੋਲੀਆਂ ਨੇ ਨਾ, ਆਂਗਣ ਕਹਿ ਦਿਓ, ਆਖੋ ਸਤਨਾਮ ਸਿੰਘ। ਘਰ ਦੇ ਵਿਹੜੇ ਵਿੱਚ ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਬੈਠੇ, ਕੁੱਲ ਸਤਿਗੁਰਾਂ ਦੀ ਮਾਤਾ ਮਾਤਾ ਤ੍ਰਿਪਤਾ ਬੈਠੇ, ਬਜ਼ੁਰਗ ਹੋ ਗਏ। ਦਰਵਾਜ਼ਾ ਖੁੱਲ੍ਹਾ ਹੈ ਘਰ ਦਾ, ਸਾਹਮਣੇ ਤੱਕਦੇ ਨੇ। ਹੁਣ ਬੁੱਢੇ ਮਾਤਾ ਪਿਤਾ ਆਪਸ ਵਿੱਚ ਗੱਲ ਕਰਦੇ ਨੇ, ਪਤੀ ਪਤਨੀ। ਪਿਤਾ ਮਹਿਤਾ ਕਾਲੂ ਸਾਰੀ ਉਮਰ ਗੁਰੂ ਨਾਨਕ ਸਾਹਿਬ ਨੂੰ ਪੁੱਤਰ ਸਮਝ ਕੇ ਝਿੜਕਦੇ ਰਹੇ, ਪਰ ਅੱਜ ਕੀ ਕਹਿੰਦੇ ਨੇ ਆਪਣੀ ਪਤਨੀ ਨੂੰ, ਐ ਨਾਨਕ ਦੀ ਮਾਂ। ਅਸਾਂ ਸਤਿਗੁਰ ਕਹਿਣਾ, ਪਰ ਮਾਪਿਆਂ ਨੇ ਨਾਨਕ ਹੀ ਕਹਿਣਾ। ਪਿਤਾ ਮਹਿਤਾ ਕਾਲੂ ਜੀ ਕਹਿੰਦੇ ਨੇ, ਐ ਨਾਨਕ ਦੀ ਮਾਂ, ਕਿੰਨੇ ਸਾਲ ਹੋ ਗਏ ਨੇ ਨਾਨਕ ਨੂੰ ਦੇਖੇ, ਅੱਖਾਂ ਤਰਸ ਗਈਆਂ ਨੇ। ਕਿਉਂਕਿ ਜਿਸ ਵੇਲੇ ਸਤਿਗੁਰ ਉਦਾਸੀ ਧਾਰ ਕੇ ਜਾਂਦੇ ਸਨ, ਕਈ ਕਈ ਸਾਲ ਬਾਹਰ ਰਹਿੰਦੇ ਸਨ, ਚਾਰ ਉਦਾਸੀਆਂ ਧਾਰੀਆਂ ਸਨ, ਇੱਕ ਪਾਸੇ ਚੱਲੇ, ਕਿੱਥੇ ਕਾਬਲ, ਕੰਧਾਰ, ਇੱਧਰ ਕਿੱਥੇ ਕਿੱਥੇ ਜਾ ਕੇ ਆਉਂਦੇ ਸਨ। ਇਸ ਵਾਸਤੇ ਇਹ ਬਚਨ ਕਿਹਾ, ਨਾਨਕ ਦੀ ਮਾਂ, ਕਿੰਨੇ ਸਾਲ ਹੋ ਗਏ ਨਾਨਕ ਨੂੰ ਦੇਖੇ, ਅੱਖਾਂ ਤਰਸ ਗਈਆਂ। ਤੇ ਮਾਤਾ ਤ੍ਰਿਪਤਾ ਕਹਿਣ ਲੱਗੇ, ਨਾਨਕ ਦੇ ਪਿਤਾ, ਅੱਜ ਮੇਰੇ ਨਾਨਕ ਦੀ ਵਰੇਗੰਢ ਹੈ। ਵਰੇਗੰਢ ਪੰਜਾਬ ਦੀ ਪੁਰਾਣੀ ਬੋਲੀ ਹੈ, ਜਨਮ ਦਿਨ ਹੈ, ਵਰਾ ਸਾਲ ਹੋ ਗਿਆ। ਅੱਜ ਮੇਰੇ ਨਾਨਕ ਦੀ ਵਰੇਗੰਢ ਹੈ, ਜਨਮ ਦਿਨ। ਹਰ ਸਾਲ ਚੋਲਾ ਸੇਕ ਰੱਖਦੀਆਂ, ਆਵੇਗਾ ਮੇਰਾ ਨਾਨਕ, ਚੋਲਾ ਨੂੰ ਪਵਾਵਾਂਗੀ, ਹਰ ਸਾਲ ਇਵੇਂ ਪਿਆਰੇ ਜਾਂ, ਪਤਾ ਨਹੀਂ ਅੱਜ ਵੀ ਆਵੇਗਾ ਕਿ ਨਹੀਂ ਆਵੇਗਾ। ਤੇ ਪਿਤਾ ਮਹਿਤਾ ਕਾਲੂ ਜੀ ਕਹਿੰਦੇ ਨੇ, ਨਾਨਕ ਦੀ ਮਾਂ, ਉਹਨੂੰ ਸਾਰੀ ਦੁਨੀਆਂ ਦਾ ਫਿਕਰ ਹੈ, ਸਾਡਾ ਹੀ ਫਿਕਰ ਹੈ। ਇਉਂ ਗੱਲਾਂ ਕਰਦਿਆਂ ਕਰਦਿਆਂ ਦੁਪਹਿਰ ਹੋ ਗਈ ਤੇ ਮਾਤਾ ਤ੍ਰਿਪਤਾ ਜੀ ਥੱਕ ਗਏ। ਉੱਠ ਕੇ ਜਿਹੜਾ ਚੋਲਾ ਸੀਤਾ ਸੀ ਨਾ, ਉਹ ਹੱਥ ਚ ਚਾਰ ਪਾਈ ਤੇ ਮੰਜੀ ਤੇ ਜਾ ਕੇ ਬੈਠ ਗਏ, ਫਿਰ ਲੇਟ ਗਏ। ਇਤਨਾ ਵੈਰਾਗ ਆ ਚੁੱਕਾ, ਆਪੇ ਕਹਿ ਦਿੰਦੇ ਨੇ, ਲੈ ਬੇਟਾ ਨਾਨਕ ਚੋਲਾ ਪਾ, ਤੇ ਫਿਰ ਆਪੇ ਕਹਿ ਦਿੰਦੇ ਨੇ, ਲਿਆ ਮਾਂ ਮੈਨੂੰ ਚੋਲਾ ਪਵਾ। ਜਿਹਨਾਂ ਮਾਪਿਆਂ ਦੇ ਬਜ਼ੁਰਗਾਂ ਦੇ ਬੱਚੇ ਦੂਰ ਨੇ ਨਾ, ਉਹਨਾਂ ਨੂੰ ਇਹ ਦਰਦ ਮਹਿਸੂਸ ਹੋਵੇਗਾ, ਆਖੋ ਸਤਨਾਮ। ਕਥਾ ਸੁਣਨੀ ਵੀ ਤੇ ਸਿੱਖਿਆ ਵੀ, ਜਿਹੜੇ ਮਾਂ ਬਾਪ ਦੀ ਕਦਰ ਨਹੀਂ ਕਰਦੇ, ਕਰਿਆ ਜਿਹੜਾ ਮਰ ਗਿਆ ਉਹਨੇ ਮੁੜ ਕੇ ਕਦੀ ਤੁਹਾਡੇ ਕੋਲ ਨਹੀਂ ਆਉਣਾ, ਫਿਰ ਜੋ ਫੋਟੋਆਂ ਤੇ ਹਾਰ ਪਾਉਂਦੇ ਰਹੋਗੇ, ਜਿਉਂਦਿਆਂ ਦੀ ਸੇਵਾ ਕਰੋ। ਪੈਸਾ ਨਹੀਂ ਕੋਲ ਕੋਈ ਗੱਲ,
ਕੋਲ ਤਾਂ ਬਹਿ ਸਕਦੇ ਹੋ, ਉਹਨਾਂ ਦੇ ਪੈਰ ਤੇ ਪੁੱਟ ਸਕਦੇ ਹੋ, ਉਹਨਾਂ ਨਾਲ ਹਾਸਾ ਖੇਡਾਂ ਤੇ ਕਰ ਸਕਦੇ ਹੋ। ਸਭ ਕੁਛ ਮਿਲਦਾ ਦੁਨੀਆਂ ਤੇ, ਮਾਂ ਬਾਪ ਕਦੀ ਨਹੀਂ ਮਿਲਦੇ। ਜਿਹੜਾ ਮਰਮਰਮ ਕੋਈ ਕਿੰਨਾ ਵੀ ਸੱਕਾ ਹੋਵੇ, ਪਰ ਮਾਪਿਆਂ ਦੀ ਥਾਂ ਕੋਈ ਨਹੀਂ ਲੈ ਸਕਦਾ। ਹੁਣ ਮਾਤਾ ਪਿਤਾ ਚਾਰ ਪਾਈ ਤੇ ਲਿਟੀ, ਕਿਉਂ ਵੈਰਾਗ ਆ ਚੁੱਕਾ ਹੈ। ਸ਼ਾਮ ਢਲਣ ਲੱਗੀ ਹੈ, ਪਿਤਾ ਮਹਿਤਾ ਕਾਲੂ ਜੀ ਸਾਹਮਣੇ ਹੀ ਦੇਖੀ ਜਾਂਦੇ ਨੇ, ਉੱਥੇ ਬੈਠੇ ਹੋਏ। ਸਵੇਰ ਹੁਣ ਥੋੜਾ ਜਿਹਾ ਥੱਕ ਗਏ ਨਾ, ਸਿਰ ਥੋੜਾ ਜਿਹਾ ਨੀਵਾਂ ਕੀਤਾ ਤੇ ਰਾਹ ਵੀ ਕਿਦਾ ਤੱਕਦੇ ਨੇ ਸਤਿਗੁਰੂ ਨਾਨਕ ਦਾ ਆਖੋ ਸਤਿਗੁਰੂ। ਇਕਦਮ ਝੂਮ ਕੇ ਉੱਠੇ, ਇਉਂ ਲੱਗਿਆ ਜਿਵੇਂ ਪਤਾ ਨੀ ਕੀ ਮਿਲ ਗਿਆ। ਕੀ ਦੇਖਦੇ ਨੇ ਸਾਹਮਣੇ? ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਬੇਬੇ ਨਾਨਕੀ ਤੁਰੀ ਆ। ਬੇਬੇ ਨਾਨਕੀ ਜਿਵੇਂ ਘਰ ਦੇ ਅੰਦਰ ਦਾਖਲ ਹੋਏ, ਪਿਤਾ ਮਹਿਤਾ ਕਾਲੂ ਜੀ ਇਕਦਮ ਉੱਠੇ, ਖੁਸ਼ੀ ਨਾਲ ਪਿਓ ਧੀ ਮਿਲੇ ਨੇ, ਘੁੱਟ ਕੇ ਜਾਫੀ ਪਾਈ। ਮਾਵਾਂ ਧੀਆਂ ਦਾ ਪਿਆਰ ਬਹੁਤ ਆਉਂਦਾ, ਪਰ ਪਿਓ ਨਾਲ ਧੀ ਦਾ ਪਿਆਰ ਵੱਖਰਾ ਹੁੰਦਾ। ਆਖੋ ਸਾਰਾ ਘੁੱਟ ਕੇ ਜਾਫੀ ਪਾਈ। ਪਿਤਾ ਮਹਿਤਾ ਕਾਲੂ ਦੀਆਂ ਵੀ ਅੱਖਾਂ ਚ ਆਂਸੂ ਨੇ ਤੇ ਬੇਬੇ ਨਾਨਕੀ। ਹੁਣ ਕਮਾਲ ਹੈ, ਬੇਬੇ ਨਾਨਕੀ ਕੀ ਕਹਿੰਦੇ ਨੇ? ਪਿਤਾ ਜੀ ਮੇਰਾ ਵੀਰ ਆਇਆ, ਮੇਰਾ ਵੀਰ ਆਇਆ। ਤੇ ਪਿਤਾ ਮਹਿਤਾ ਕਾਲੂ ਕਹਿੰਦੇ ਨੇ, ਨਾਨਕੀ ਪਹਿਲਾਂ ਆਸ ਬੱਝਦੀ ਸੀ ਆਵੇਗਾ ਮੇਰਾ ਨਾਨਕ, ਫਿਰ ਆਸ ਟੁੱਟ ਜਾਂਦੀ ਸੀ, ਪਤਾ ਨਹੀਂ ਆਵੇਗਾ ਕਿ ਨਹੀਂ, ਪਰ ਤੂੰ ਆ ਗਈ ਹੈ ਨਾ, ਤੇਰੇ ਨਾਲ ਮੇਰਾ ਨਾਨਕ ਬੜਾ ਪਿਆਰ ਕਰਦਾ, ਹੁਣ ਆਸ ਬੱਝ ਗਈ ਮੇਰਾ ਨਾਨਕ ਵੀ ਆਵੇਗਾ। ਆਖੋ ਸਤਨਾਮ। ਤੇ ਕਿਹਾ ਜਾ ਜਾ ਕੇ ਮਾਂ ਨੂੰ ਮਿਲ, ਉਹਦੀਆਂ ਅੱਖਾਂ ਦੇ ਆਸੂ ਵੀ ਸੁੱਕ ਗਏ। ਹੁਣ ਬੇਬੇ ਨਾਨਕੀ ਮਾਤਾ ਤ੍ਰਿਪਤਾ ਦੇ ਕੋਲ ਗਏ, ਮੰਜੀ ਤੇ ਬਹਿ ਗਏ, ਮਾਂ ਦੇ ਹੱਥ ਪਕੜੇ, ਮਾਵਾਂ ਧੀਆਂ ਮਿਲੀਆਂ। ਹੁਣ ਇੱਥੇ ਮਾਤਾ ਤ੍ਰਿਪਤਾ ਨੇ ਇੱਕ ਰੋਸ ਕੀਤਾ, ਕਹਿਣ ਲੱਗੇ ਨਾਨਕੀ ਦੇਖ ਲੈ ਤੇਰੇ ਵੀਰ ਨੂੰ ਸਾਡਾ ਫਿਕਰ ਨਹੀਂ, ਕਿੰਨੇ ਸਾਲ ਹੋ ਗਏ ਇਹਨਾਂ ਨੂੰ ਦੇਖਿਆ ਨਹੀਂ। ਹੁਣ ਇੱਥੇ ਬੇਬੇ ਨਾਨਕੀ ਕੀ ਕਹਿੰਦੇ? ਅੰਮੀ ਤੂੰ ਮੇਰੇ ਵੀਰ ਨੂੰ ਕੇਵਲ ਪੁੱਤਰ ਸਮਝਦੀ ਹੈ, ਕਦੀ ਮੇਰੀਆਂ ਅੱਖਾਂ ਨਾਲ ਦੇਖ, ਉਹ ਆਪ ਨਾਰਾਇਣ ਹੈ। ਮਾਂ ਇਹ ਦੁਨੀਆ ਬਹੁਤ ਦੁਖੀ ਹੈ, ਜਪੋ ਸਾਰੇ ਨਾਨਕ ਦੁਖੀਆ ਸਭ, ਦੁਨੀਆ ਬਹੁਤ ਦੁਖੀ ਹੈ। ਮੇਰਾ ਵੀਰ ਦੁਨੀਆ ਦੇ ਕੰਮ ਕਰਨ ਨਹੀਂ ਆਇਆ, ਉਹ ਦੁਨੀਆ ਨੂੰ ਤਾਰਨ ਵਾਸਤੇ ਆਇਆ। ਬੜੇ ਜੁਰਮ ਨੇ, ਬੜੇ ਗੁਨਾਹ ਨੇ, ਬੜੇ ਪਾਪ ਨੇ, ਲੋਕ ਤੜਫਦੇ ਨੇ, ਤਰਸਦੇ ਨੇ ਸੁੱਖਾਂ ਨੂੰ, ਜ਼ਾਲਮ ਜ਼ੁਲਮ ਕਰਨ ਤੋਂ ਨਹੀਂ ਹਟਦੇ। ਮੇਰਾ ਵੀਰ ਦੁਨੀਆ ਨੂੰ ਤਾਰਨ ਆਇਆ। ਤੇ ਹੁਣ ਇੱਥੇ ਮਾਤਾ ਤ੍ਰਿਪਤਾ ਕੀ ਕਹਿੰਦੇ? ਕਹਿੰਦੇ ਨੇ, ਨਾਨਕੀ ਤੂੰ ਮਾਂ ਨਹੀਂ ਬਣੀ। ਆਖੋ ਸਤਨਾਮ। ਭਾਈ ਵੀਰ ਸਿੰਘ ਜੀ ਨੇ ਲਿਖਿਆ, ਮਾਤਾ ਤ੍ਰਿਪਤਾ ਕੀ ਕਹਿੰਦੇ ਨੇ? ਨਾਨਕੀ ਸੁਣ, ਤੂੰ ਮਾਂ ਨਹੀਂ ਹੈ, ਦੁਨੀਆ ਅਨ ਅਨੇਰ ਪੁੱਤ ਜੀ ਅੱਖੋਂ ਓਲੇ।
ਇਹ ਵਸਦੀ ਹੋਈ ਦੁਨੀਆ ਨਾ ਕਾਲੀ ਬੋਲੀ ਰਾਤ ਲੱਗਦੀ ਹੈ ਜੇ ਅੱਖਾਂ ਦੇ ਸਾਹਮਣੇ ਪੁੱਤਰ ਨਾ ਹੋਵੇ। ਦੁਨੀਆ ਅਨ ਅਨੇਰ ਪੁੱਤ ਜੀ ਅੱਖੋਂ ਉਹਨੇ ਬਲਦੇ ਦਿਸਨ ਬਾਗ ਮਹਿਲ ਹਨ ਸੁੰਜੇ ਖੁੱਲੇ ਹਰੇ ਭਰੇ ਬਾਗ ਵੀ ਸੜਦੇ ਨਜ਼ਰ ਆਉਂਦੇ ਨੇ ਵੱਡੇ ਵੱਡੇ ਮਹਿਲ ਕੋਠੀਆਂ ਉਜਾੜ ਲੱਗਦੀਆਂ ਨੇ ਜੇ ਮਾਂ ਦੀ ਗੋਦ ਚ ਪੁੱਤ ਨਾ ਹੋਵੇ ਆਖੋ ਸਾਹਿਬ ਉਹਦੀਆਂ ਅੱਖਾਂ ਦੇ ਸਾਹਮਣੇ ਪੁੱਤਰ ਨਾ ਕਾਹਦੇ ਮਿੱਠੇ ਰਾਗ ਕੀ ਕਰਨਾ ਮਿੱਠੇ ਰਾਗਾਂ ਨੂੰ ਮਾਉ ਜੇ ਹੰਝੂ ਚ ਹੋਵੇ ਜੇ ਮਾਂ ਦੀਆਂ ਅੱਖਾਂ ਦੇ ਵਿੱਚੋਂ ਆਸੂ ਨਾ ਸੁੱਕੇ ਮਿੱਠਾ ਰਾਗਾਂ ਨੂੰ ਕੀ ਸੁਣੇ ਵੀ ਜਾਓ ਜਿਹੜੇ ਮਾਪਿਆਂ ਨੂੰ ਠੋਕਰਾ ਮਾਰਦੇ ਹੋ ਨਾ ਮਾਪਿਆਂ ਦੀ ਸੇਵਾ ਕਰੋ ਆਖੋ ਸਾਹਿਬ ਕਦੀ ਕਿਸੇ ਦੁੱਖ ਕਰਕੇ ਮਾਪਿਆਂ ਦੀਆਂ ਅੱਖਾਂ ਚ ਆਸੂ ਨਾ ਧਿਆਨ ਰੱਖਣਾ ਜਿੰਨਾ ਮਾਂ ਬਾਪ ਦੀ ਸੇਵਾ ਕੀਤੀ ਉਹਨਾਂ ਰੱਬ ਦੀ ਸੇਵਾ ਹੁਣ ਮਾਤਾ ਤ੍ਰਿਪਤ ਪੁੱਤ ਸਾਹਮਣੇ ਨਹੀਂ ਨਾ ਉਹ ਵੀ ਗੁਰੂ ਨਾਨਕ ਵਰਗਾ ਆਖੋ ਸਾਧਨਾ ਇਹ ਤੇ ਅਸੀਂ ਕਹਿ ਰਹੇ ਹਾਂ ਮਾਤਾ ਤੇ ਤ੍ਰਿਪਤਾ ਮਾਤਾ ਤ੍ਰਿਪਤਾ ਕਹਿੰਦੇ ਨੇ ਮੇਰਾ ਨਾਂ ਕਿਵੇਂ ਚੈਨ ਇਹ ਕਹਿੰਦਿਆਂ ਕਹਿੰਦਿਆਂ ਫਿਰ ਤੇ ਹੁਣ ਕੌਣ ਆਇਆ ਬੇਬੇ ਨਾਨਕੀ ਦੇ ਪਤੀ ਭਾਈ ਜੈ ਭਾਈਆ ਜੈ ਰਾਮ ਭਾਈਆ ਜੈ ਰਾਮ ਆਏ ਨੇ ਅੱਜ ਕੱਲ੍ਹ ਜੀਜਾ ਕਹਿੰਦੇ ਆ ਨਾ ਜੀਜੇ ਨੂੰ ਵੀ ਸ਼ੋਰਟਕੱਟ ਕਰ ਦਿੱਤਾ ਜੀਜੂ ਰਹਿ ਗਿਆ ਆਖੋ ਸਾਧਨਾ ਪੁਰਾਣੀਆਂ ਬੋਲੀਆਂ ਭੁੱਲ ਗਏ ਨੇ ਨਾ ਪਹਿਲਾਂ ਭਾਈਆ ਕਹਿੰਦੇ ਸੀ ਜੀਜੇ ਹੁਣ ਦੀਦੀ ਵੀ ਭੈਣ ਦੇ ਕੋ ਕਹਿੰਦੇ ਦੀਦੀ ਤੇ ਦੀਦੀ ਨੂੰ ਵੀ ਕੱਟ ਦਿੱਤਾ ਦੀ ਰਹਿ ਗਿਆ ਆਖੋ ਸਾਧਨਾ ਪਹਿਲਾਂ ਪਿਤਾ ਜੀ ਤੁਹਾਨੂੰ ਕੋਈ ਕੋਈ ਕਹਿੰਦਾ ਡੈਡੀ ਡੈਡੀ ਵੀ ਕੱਟ ਕੇ ਤਾਂ ਡੈਡੂ ਹੀ ਰਹਿ ਗਿਆ ਪੁਰਾਣੇ ਲਫ਼ਜ਼ ਜਿਹੜੇ ਨੇ ਉਹਨਾਂ 'ਚ ਵੱਖਰਾ ਹੀ ਸਵਾਦ ਆਉਂਦਾ ਆਨੰਦ ਆਉਂਦਾ ਭਾਈਆ ਜੈ ਰਾਮ ਆ ਕੇ ਪਿਤਾ ਮਹਿਤਾ ਕਾਲੂ ਦੇ ਪੈਰਾਂ ਤੇ ਮੱਥਾ ਟੇਕਿਆ ਜਵਾਈਆਂ ਵਾਲੀ ਆਕੜ ਨਹੀਂ ਪਿਆਰ ਆਖੋ ਸਾਹਿਬ ਤੇ ਉਹ ਵੀ ਪੁੱਛਦੇ ਨੇ ਪਿਤਾ ਜੀ ਸਤਿਗੁਰੂ ਨਾਨਕ ਆਏ ਨੇ ਤੇ ਪਿਤਾ ਮਹਿਤਾ ਕਾਲੂ ਕਹਿੰਦੇ ਨੇ ਜੈ ਰਾਮ ਤੁਸੀਂ ਆ ਗਏ ਹੋ ਨਾ ਆਪ ਸਮਝਦੀ ਜਾਂਦੀ ਏ ਅੱਜ ਮੇਰਾ ਨਾਨਕ ਆਵੇਗਾ ਆਓ ਇੱਕ ਵਾਰ ਕਰੋ ਰਸਨਾ ਸੁਪਨਾ ਹੀ ਨਾ ਜਵਾਈ ਸੱਸ ਸਹੁਰੇ ਨੂੰ ਮੱਥਾ ਟੇਕਦੇ ਹੋਣ ਆਖੋ ਸਾਧਨਾ
ਸੁਣੀ ਵੀ ਜਾਣਾ, ਜਿੱਥੇ ਗੁਰੂ ਦੇ ਪਿਆਰ ਆਵੇ ਕੁਝ ਨਾ ਕੁਝ ਸਿੱਖਿਆ ਵੀ ਲੈ। ਜਵਾਈ ਪੁੱਤਰ ਬਣ ਕੇ ਰਹੇ, ਨੂੰਹ ਧੀ ਬਣ ਕੇ ਰਹੇ, ਸੱਸ ਸਹੁਰਾ ਦੋਨੋਂ ਪਾਸੇ ਮਾਂ ਬਾਪ ਬਣ ਕੇ ਰਹਿਣ, ਸਾਨੂੰ ਸਵਰਗਾਂ ਦੀ ਲੋੜ ਨਹੀਂ, ਘਰ ਹੀ ਸਵਰਗ ਬਣ ਜਾਣਗੇ। ਆਖੋ ਸਾਧਨਾ ਜਵਾਈ ਨੇ ਪਰ ਪੁੱਤਰ ਬਣ ਕੇ ਮਿਲੇ। ਫਿਰ ਇਤਨਾ ਵੈਰਾਗ ਹੈ ਭਾਈਆ ਜੈ ਰਾਮ ਦੇ ਮਨ ਚ, ਉਮਰ ਚ ਵੀ ਵੱਡੇ ਨੇ ਸਤਿਗੁਰੂ ਤੋਂ, ਘਰੋਂ ਬਾਹਰ ਨਿਕਲ ਗਏ ਨੇ, ਇੱਕ ਦਰਖਤ ਦੇ ਥੱਲੇ ਜਾ ਕੇ ਬਹਿ ਗਏ, ਭਾਈਆ ਜੈ ਰਾਮ ਗੁਰੂ ਨਾਨਕ ਸਾਹਿਬ ਦੇ ਜੀ ਜੈ ਜੀ, ਔਰ ਉੱਥੇ ਬੈਠ ਕੇ ਇਹ ਸ਼ਬਦ ਪੜ ਰਹੇ ਨੇ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਹੋ ਵਾਰੀ ਇੰਨੇ ਨੂੰ ਕੌਣ ਆ ਗਿਆ, ਭਾਈ ਲਾਲੋ, ਭਾਈ ਭਗੀਰਥ, ਭਾਈ ਮਨਸੁਖੇ ਪਹਿਲੇ ਸਿੱਖ, ਤੇ ਭਾਈ ਲਾਲੋ ਕੌਣ ਨੇ, ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਗੁਰੂ ਨਾਨਕ ਸਾਹਿਬ ਦੇ ਸ਼ਬਦ ਸਾਰੇ ਜਪੋ ਸਾਰੇ, ਜਿਨ੍ਹਾਂ ਨੂੰ ਯਾਦ ਹੋਵੇ, ਜੈਸੀ ਮੈਂ ਆਵੇ ਖਸੋਂ ਕੀ ਬਾਣੀ, ਤੈ ਸੁੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਦ ਲੈ ਕਾਬਲੋ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਇਹ ਕੈਸੇ ਗੁਰਸਿੱਖ ਹੋਏ, ਭਾਈ ਲਾਲੋ, ਭਾਈ ਭਗੀਰਥ, ਭਾਈ ਮਨਸੁਖ, ਇਹ ਵੀ ਘਰ ਦੇ ਅੰਦਰ ਦਾਖਲ ਹੋਏ। ਪਿਤਾ ਮਹਿਤਾ ਕਾਲੂ ਨੂੰ ਮੱਥਾ ਟੇਕਿਆ, ਮਾਤਾ ਤ੍ਰਿਪਤਾ ਨੂੰ ਟੇਕਿਆ, ਫਿਰ ਬੇਬੇ ਨਾਨਕੀ ਦੇ ਕੋਲ ਗਏ, ਤੇ ਬੇਬੇ ਨਾਨਕੀ ਨੂੰ ਮੱਥਾ ਟੇਕੇ ਸਵਾਲ ਇੱਕੋ ਹੀ ਹੈ, ਬੇਬੇ ਜੀ ਸਤਿਗੁਰ ਆਏ ਨੇ? ਹੁਣ ਇੱਥੇ ਬੇਬੇ ਨਾਨਕੀ ਜਿਹਨਾਂ ਦਾ ਅੱਜ ਜਨਮ ਦਿਨ ਮਨਾ ਰਹੇ ਹੋ, ਜਿਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਦਾ ਸਮਾਗਮ ਹੈ, ਬੇਬੇ ਨਾਨਕੀ ਕੀ ਕਹਿੰਦੇ? ਬੜੇ ਪਿਆਰ ਨਾਲ ਇਹਨਾਂ ਗੁਰਸਿੱਖਾਂ ਵੱਲ ਤੱਕਿਆ, ਅੱਖਾਂ ਵਿੱਚ ਹੰਝੂ ਲੈ ਕੇ ਕਿਹਾ, ਭਾਈ ਲਾਲੋ, ਜਿਸ ਵੇਲੇ ਮੌਸਮ ਬਦਲਦਾ ਹੈ ਨਾ, ਗਰਮੀਆਂ ਦੀ ਠੰਡੀ ਰੁੱਤ ਆਉਂਦੀ ਤੇ ਆਕਾਸ਼ ਵਿੱਚ ਕੁੰਜਾਂ ਦੀਆਂ ਡਾਰਾਂ ਉੱਡਦੀਆਂ ਨੇ, ਇਹ ਵੀ ਪੁਰਾਣੀ ਬੋਲੀ, ਕੁੰਜਾਂ ਦੀਆਂ ਡਾਰਾਂ, ਕਦੀ ਦੇਖਿਆ ਹੋਵੇ ਜਦੋਂ ਮੌਸਮ ਬਦਲਦਾ ਹੈ ਨਾ, ਤੇ ਬਹੁਤ ਸਾਰੇ ਪੰਛੀ ਇੱਕ ਲੈਂਡ ਬਣਾ ਕੇ ਉੱਡਦੇ ਨੇ ਆਕਾਸ਼ ਵਿੱਚ, ਉਹਨੂੰ ਕਹਿੰਦੇ ਨੇ ਕੁੰਜਾਂ ਦੀ ਡਾਰ ਉੱਡਦੀ ਹੋਈ। ਇਹ ਸੰਕੇਤ ਹੁੰਦਾ ਕਿ ਹੁਣ ਮੌਸਮ ਬਦਲੇਗਾ, ਠੰਡਾ ਆਏਗਾ। ਤੇ ਬੇਬੇ ਨਾਨਕੀ ਕਹਿੰਦੇ ਨੇ, ਭਾਈ ਲਾਲੋ, ਉਹ ਜਦੋਂ ਮੌਸਮ ਬਦਲਣਾ ਹੁੰਦਾ ਹੈ ਨਾ, ਆਕਾਸ਼ ਵਿੱਚ ਕੁੰਜਾਂ ਦੀਆਂ ਡਾਰਾਂ ਉੱਡਦੀਆਂ ਨੇ, ਅੱਜ ਗੁਰੂ ਨਾਨਕ ਦੇ ਪਿਆਰੇ ਆਏ ਨੇ ਨਾ, ਅੱਜ ਮੇਰਾ ਵੀਰ ਵੀ ਆਵੇਗਾ। ਆਖੋ ਸਾਧਨਾ, ਅੱਜ ਮੇਰਾ ਵੀਰ ਵੀ ਆਏਗਾ। ਭਾਈ ਲਾਲੋ ਇੱਕ ਪਾਸੇ ਬਹਿ ਗਏ, ਸ਼ਬਦ ਪੜ੍ਹਦੇ, ਤੇ ਬੇਬੇ ਨਾਨਕੀ ਛੱਤ ਤੇ ਚਲੇ ਗਏ, ਛੱਤ ਤੇ ਖਲੋਤੇ ਨੇ। ਵੱਡੀ ਹੈ, ਵੱਡੀ ਭੈਣ ਹੈ, ਪਰ ਰਾਹ ਗੁਰੂ ਨਾਨਕ ਦਾ ਤੱਕਦੀ ਹੈ। ਆਖੋ ਸਾਧਨਾ, ਇਸ ਰਾਹ ਤੋਂ ਮੇਰੇ ਵੀਰ ਨੇ ਆਉਣਾ, ਸਾਰੇ ਤੱਕਦੇ ਪਏ ਨੇ ਰਾਹ। ਆਓ ਆਪਾਂ ਵੀ ਕਹੀਏ ਸਤਿਗੁਰੂ ਨਾਨਕ, ਕਦੀ ਭਾਵੇਂ ਸੁਪਨੇ ਜੀ ਸਹੀ, ਇੱਕ ਝਲਕ ਸਾਨੂੰ ਵੀ ਦਿਖਾ ਦੇ। ਆਖੋ ਸਾਧਨਾ, ਅਮਲੀ ਅਮਲੀ
ਪਿਆਰ ਕੈਸਾ। ਪਿਤਾ ਮੈਂ ਤਾਂ ਕਾਲੂ ਵਿਹੜੇ ਚ ਬੈਠੇ ਨੇ, ਦਰਵਾਜ਼ਾ ਖੁੱਲ੍ਹਾ ਰਾਹ ਤੱਕਦੇ। ਮਾਤਾ ਤੈਨੂੰ ਤਾਂ ਚਾਰ ਪਾਈ ਤੇ ਮੰਜੀ ਤੇ ਲੇਟੇ। ਭਾਈ ਲਾਲੋ ਤੈਨੂੰ ਗੁਰਸਿੱਖ ਇੱਕ ਪਾਸੇ ਬੈਠੇ ਸ਼ਬਦ ਪੜ੍ਹਦੇ। ਭਾਈ ਆ ਜੈ ਰਾਮ ਘਰ ਤੋਂ ਬਾਹਰ ਦਰਖਤ ਥੱਲੇ ਬੈਠੇ। ਬੇਬੇ ਨਾਨਕੀ ਛੱਤ ਦੇ ਆਖੋ ਸਾਰੇ ਸਾਰੇ ਰਾਹ ਤੱਕ। ਸ਼ਾਮ ਦਾ ਵੇਲਾ ਹੋ ਗਿਆ, ਸੂਰਜ ਡੁੱਬਣ ਲੱਗਾ। ਹੁਣ ਜਿਤਨੇ ਤੁਸੀਂ ਬੈਠੇ ਹੋ ਇਹ ਗੱਲ ਯਾਦ ਰੱਖਣਾ, ਇਸ ਵੇਲੇ ਤੁਹਾਡਾ ਪਿਆਰ ਵੀ ਘੱਟ ਰਹੇ। ਆਖੋ ਸਾਰੇ ਇਹ ਸਰੀਰਾਂ ਦੇ ਨਹੀਂ ਰੂਹਾਂ ਦੇ ਸੌਦੇ ਨੇ। ਜਿੱਥ ਤੱਕ ਦਾਸ ਸੋਚਦਾ ਇਉਂ ਕਥਾ ਸੁਣਦਿਆਂ ਸੁਣਦਿਆਂ ਉੱਥੇ ਤੱਕ ਤੇ ਮਨ ਪਹੁੰਚ ਗਿਆ ਨਾ, ਸਾਰੇ ਉਡੀਕਦੇ ਪਏ ਨੇ ਕਦ ਆਣਗੇ ਗੁਰੂ ਨਾਨਕ ਸਾਹਿਬ। ਆਖੋ ਸਾਧਨ ਆਪ, ਇਹਦਾ ਇੰਤਜ਼ਾਰ ਹੁਣ ਤੁਹਾਨੂੰ ਵੀ ਸਾਰਿਆਂ ਨੂੰ। ਇੰਤਜ਼ਾਰ ਦੀ ਕਥਾ ਸੁਣਦੇ ਪਏ ਆ ਨਾ, ਮਿਲਾਪ ਤੱਕ ਤੇ ਪਹੁੰਚੇ ਨੀ ਨਾ, ਤੇ ਹੁਣ ਮਨ ਚ ਹੈ ਨਾ ਕਦ ਆਵੇਗਾ ਗੁਰੂ ਨਾਨਕ। ਸਤਸੰਗ ਗੁਰੂ ਨਾਨਕ ਹੈ ਹੀ ਹੈ ਸਤਸੰਗ, ਪੂਰਾ ਮਨ ਲੈ ਜਾਓ ਬੈਠੇ ਤੇ। ਨਨਕਾਣਾ ਸਾਹਿਬ ਜਿਹਨਾਂ ਦਰਸ਼ਨ ਕੀਤੇ ਨੇ ਜਾਂ ਤਸਵੀਰਾਂ 'ਚ ਜਾਂ ਟੀਵੀ 'ਤੇ ਆਪਾਂ ਦੇਖਦੇ ਹਾਂ, ਤੇ ਸਤਿਗੁਰੂ ਨਾਨਕ ਤੁਹਾਡਾ ਹੀ ਸ਼ਬਦ ਤੁਹਾਡੀ ਹੀ ਬਾਣੀ ਸੁਣਦੇ ਹਾਂ। ਹੁਣ ਕਹਿੰਦੇ ਹੋ ਨਾ, ਹੁਣ ਤੁੰਬਰੀ ਕਰੋ ਨਿਤ ਆਸ ਪ੍ਰਭ ਮੋਹੇ, ਕੱਪ ਗੱਲ ਲਾਵੇ ਕਿ ਹੈ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ, ਸਾਡੇ ਕੋਲ ਬਾਣੀ ਦਾ ਇੱਕ 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 ਅੱਖਰ ਤੁਹਾਡਾ ਰੂਪ, ਪਰ ਸਾਡੀ ਉਹ ਅਵਸਥਾ ਨਹੀਂ। ਮਹਾਂਪੁਰਸ਼ ਬਾਬਾ ਨੰਦ ਸਿੰਘ ਜੀ ਨਾਨਕ ਸਰ ਵਾਲੇ ਮਹਾਂਪੁਰਸ਼, ਉਹ ਕਿਆ ਕਰਦੇ ਸਨ, ਕੋਈ ਮੇਰੀਆਂ ਅੱਖਾਂ ਨਾਲ ਦੇਖੇ, ਬਾਣੀ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਦਾ ਰੂਪ ਹੈ। ਤੇ ਆਪਾਂ ਕੀ ਇਹਦਾ ਕਦੀ ਤੁਹਾਡੀ ਹੀ ਬਾਣੀ ਹੈ ਨਾ, ਜਾਗਣ ਤੇ ਸੁਪਨਾ ਭਰਾ, ਜਾਗ ਨਾਲੋਂ ਨੀਂਦ ਚੰਗੀ ਜੀ, ਤੇ ਜੇ ਸੁਪਨਾ ਆਵੇ ਤੇ ਸੁਪਨੇ ਚ ਤੂੰ ਆਪਣੀ ਚੱਲ ਕਰਦਾ। ਐਸੀ ਕਿਰਪਾ ਕਰੀ ਸਾਡੇ ਤੇ ਵੀ। ਹੁਣ ਸਾਰੇ ਉਡੀਕਦੇ ਪਏ, ਇੱਧਰ ਸੂਰਜ ਡੁੱਬਿਆ ਆਕਾਸ਼ ਤੇ ਚੜਿਆ ਹੋਇਆ। ਪਿਤਾ ਮੈਂ ਤਾਂ ਕਾਲੂ ਸਾਰੀ ਉਮਰ ਝਿੜਕਦੇ ਰਹੇ, ਉਹ ਅੱਜ ਸਵੇਰ ਦੇ ਬੈਠੇ ਨੇ, ਸਿਰ ਨੀਵਾਂ ਕੀਤਾ ਹੋਇਆ ਥੱਕ ਗਏ ਨੇ, ਪਰ ਇੰਤਜ਼ਾਰ ਤੇ ਹੈ। ਇੱਧਰ ਆਕਾਸ਼ ਤੇ ਚੜਿਆ ਸੂਰਜ ਡੁੱਬਿਆ, ਇੱਧਰ ਸੱਚ ਦਾ ਸੂਰਜ ਚੜ ਪਿਆ। ਆਖੋ ਸਤਨਾਮ, ਮਿੱਟੀ ਧੁੰਦ ਜਗ ਚਾਨਣ ਹੋਆ, ਪਿਤਾ ਮੈਂ ਤਾਂ ਕਾਲੂ ਜੀ ਦੇ ਕੰਨਾਂ 'ਚ ਆਵਾਜ਼ ਪਈ ਹੈ, ਪਿਤਾ ਜੀ ਸਤ ਕਰਤਾਰ, ਪਿਤਾ ਜੀ ਸਤ ਕਰਤਾਰ। ਇਹ ਆਵਾਜ਼ ਕੰਨਾਂ 'ਚ ਕੀ ਪਈ, ਦਿਲ ਵਿੱਚ ਉਤਰ ਗਈ, ਰੋਮ ਰੋਮ ਕਿਸੇ ਰਸ 'ਚ ਭਰ ਗਿਆ। ਤੇ ਪਿਤਾ ਮੈਂ ਤਾਂ ਕਾਲੂ ਜੀ ਸਿਰ ਚੁੱਕ ਕੇ ਦੇਖਦੇ ਨੇ ਸਾਹਮਣੇ, ਧੰਨ ਗੁਰੂ ਨਾਨਕ ਸਾਹਿਬ ਤੁਰੇ ਆਉਂਦੇ। ਸਤਿਗੁਰ ਜਿੱਥੇ ਜਾਂਦੇ ਸਨ ਸਤ ਕਰਤਾਰ ਦੀ ਆਵਾਜ਼ ਦਿੰਦੇ ਸਨ, ਜਿਸ ਲਈ ਕਿਹਾ ਨਾ ਪਿਤਾ ਜੀ ਸਤ ਕਰਤਾਰ। ਤੇ ਗੁਰੂ ਨਾਨਕ ਹੈ ਕਿ ਨਿਰਾ ਨੂਰ ਹੀ ਨੂਰ ਦੇ ਹੈ। ਪਿਤਾ ਮੈਂ ਤਾਂ ਕਾਲੂ ਨੂੰ ਇਉਂ ਲੱਗਿਆ ਜਾਵੇਂ ਜਿਵੇਂ ਸਾਰੇ ਬ੍ਰਹਿਮੰਡ ਦਾ ਰਾਜ ਮਿਲ ਗਿਆ। ਕਮਜ਼ੋਰ ਸਰੀਰ ਇਕਦਮ ਉੱਠ ਗਿਆ, ਤੇ ਸਤਿਗੁਰੂ ਨਾਨਕ ਕੈਸੇ ਨੇ
ਆਵਾਜ਼ ਵੀ ਦਿੱਤੀ, ਘਰ ਦੇ ਅੰਦਰ ਦਾਖਲ ਵੀ ਹੋਏ, ਜਿਹਨੂੰ ਦੁਨੀਆ ਨਮਸਕਾਰ ਕਰਦੀ ਏ, ਆ ਕੇ ਆਪਣੇ ਪਿਤਾ ਮਹਿਤਾ ਕਾਲੂ ਨੂੰ ਮੱਥਾ ਟੇਕਿਆ। ਆਖੋ ਸਾਧਨਾ, ਜਿਵੇਂ ਪਿਤਾ ਮਹਿਤਾ ਕਾਲੂ ਨੂੰ ਮੱਥਾ ਟੇਕਿਆ ਤੇ ਮੁੰਡਿਆਂ ਤੋਂ ਪਕੜਿਆ, ਪਿਤਾ ਮਹਿਤਾ ਕਾਲੂ ਨੇ ਆਪਣੇ ਸੁਪੁੱਤਰ ਧੰਨ ਗੁਰੂ ਨਾਨਕ ਸਾਹਿਬ ਨੂੰ ਉਠਾ ਕੇ ਕੋਈ ਚਿਹਰਾ ਦੇਖਿਆ ਗੁਰੂ ਨਾਨਕ ਦਾ। ਪਹਿਲਾਂ ਵਿਛੋੜੇ ਦੇ ਆਂਸੂ ਸਨ, ਹੁਣ ਮਿਲਾਪ ਦੇ ਨੇ। ਇੱਕਦਮ ਘੁੱਟ ਕੇ ਜੱਫੀ ਪਾ ਲਓ, ਕੈਸਾ ਸਮਾਂ ਹੋਵੇ। ਅਰਸ਼ਾਂ ਦੇ ਮਾਲਕ ਨੂੰ ਪਿਤਾ ਮਹਿਤਾ ਕਾਲੂ ਨੇ ਜੱਫੀ ਪਾਈ, ਕਿਤਨਾ ਚਿਰ ਹੋ ਰਹੇ। ਫਿਰ ਖਿਆਲ ਆਇਆ, ਕਹਿਣ ਲੱਗਾ, ਬੇਟਾ ਅੱਖਾਂ ਤਰਸ ਗਈਆਂ ਤੈਨੂੰ ਦੇਖ, ਜਾਂ ਮਾਂ ਨੂੰ ਵੀ ਦੇਖ, ਉਹਦੀਆਂ ਅੱਖਾਂ ਦੇ ਆਂਸੂ ਵੀ ਸੁੱਕ ਗਏ। ਹੁਣ ਸਤਿਗੁਰ ਮਾਤਾ ਤ੍ਰਿਪਤਾ ਦੇ ਕੋਲ ਹੋਏ, ਜਿਹੜੇ ਗੁਰੂ ਘਰ ਆਉਂਦੇ ਹੋ, ਗੁਰੂ ਨੂੰ ਮੰਨਦੇ ਹੋ, ਬਾਣੀ ਪੜ੍ਹਦੇ ਹੋ ਜਾਂ ਕਿਸੇ ਵੀ ਧਰਮੇ 'ਚ ਹੋ, ਪਰ ਸੁਣਦੇ ਹੋ, ਮਾਪਿਆਂ ਦਾ ਸਤਿਕਾਰ ਕਿਵੇਂ ਕਰਨਾ ਆਪਣੇ ਗੁਰੂ ਕੋਲ, ਦੇਖੋ ਆਖੋ ਸਾਧਨਾ। ਅਰਸ਼ਾਂ ਦੇ ਮਾਲਕ ਨੇ ਮਾਤਾ ਤ੍ਰਿਪਤਾ ਦੀ ਮੰਜੀ ਕੋਲ ਗਏ, ਮਾਤਾ ਤ੍ਰਿਪਤਾ ਦੇ ਪੈਰਾਂ ਦੇ ਮੱਥਾ ਟੇਕਿਆ, ਫਿਰ ਮੰਜੀ ਦੇ ਕੋਲ ਬੈਠ ਗਏ ਤੇ ਮਾਂ ਦੇ ਹੱਥ ਪਕੜੇ, ਚੋਲਾ ਲਾਂਚੀ ਤੇ ਕਿਹਾ, ਮਾਂ ਮੈਂ ਆ ਗਿਆ। ਬੜਾ ਪਿਆਰਾ ਬੋਲ ਸੀ, ਮਾਂ ਮੈਂ ਆ ਗਿਆ। ਤੇ ਮਾਤਾ ਤ੍ਰਿਪਤਾ ਨੇ ਅੱਖਾਂ ਖੋਲੀਆਂ, ਪਤਾ ਨੀ ਕਿਤੋਂ ਇਤਨਾ ਜ਼ੋਰ ਆਇਆ, ਸ਼ਕਤੀ ਆਈ, ਇਕਦਮ ਉੱਠ ਕੇ ਘੁੱਟ ਕੇ ਜੱਫੀ ਪਾ ਲਈ। ਨਾ ਤੇ ਰੋਣਾ ਨਿਕਲਦਾ, ਨਾ ਰੋਣਾ ਰੁਕਦਾ, ਨਾ ਆਂਸੂ ਰੁਕਦੇ ਨੇ, ਨਾ ਪਿਆਰ ਘਟਦਾ, ਹੋਰ ਘੁੱਟ ਕੇ ਜੱਫੀ ਪਾਉਂਦੇ। ਤੇ ਸਤਿਗੁਰਾਂ ਨੇ ਵੀ ਮਾਂ ਨੂੰ ਜੱਫੀ ਪਾਈ ਤੇ ਫਿਰ ਨਾਲ ਕਿਹਾ, ਅੰਤਰਯਾਮੀ ਹੈ ਨਾ ਮੇਰੀ ਮਾਂ, ਕੀ ਕਹਿੰਦੀ ਸੀ, ਲੈ ਬੇਟਾ ਨਾਨਕ ਚੋਲਾ ਪਾ ਲੈ। ਫਿਰ ਆਪੇ ਕਹਿੰਦੇ, ਲਿਆ ਮਾਂ ਮੈਨੂੰ ਚੋਲਾ ਪਵਾ, ਹੁਣ ਕਹਿਤਾ ਲਿਆ ਮਾਂ ਮੈਨੂੰ ਚੋਲਾ ਪਵਾ। ਆਖੋ ਸਾਧਨਾ। ਤੇ ਮਾਤਾ ਤ੍ਰਿਪਤਾ ਨੇ ਆਪਣੇ ਹੱਥਾਂ ਨਾਲ ਸੀਤਾ ਹੋਇਆ ਚੋਲਾ ਗੁਰੂ ਨਾਨਕ ਸਾਹਿਬ ਨੂੰ ਪਵਾ। ਆਪਾਂ ਰੁਮਾਲੇ ਲੈ ਕੇ ਆਉਂਦੇ ਹਾਂ ਨਾ ਗੁਰੂ ਕੋਲ, ਜਿਹੜੇ ਕ੍ਰਿਟੀਸਾਈਜ਼ ਕਰਨ ਵਾਲੇ ਉਹਨਾਂ ਤਾਂ ਕਰਦੇ ਹੀ ਰਹਿਣਾ, ਪਰ ਪਿਆਰ ਨਾਲ ਜਿਹੜੇ ਲੈ ਕੇ ਆਉਂਦੇ ਹੋ, ਇੱਕ ਸ਼ਰਧਾ ਹੋ, ਹਾਂ ਦਿਖਾਵਾ ਨਾ ਹੋਵੇ, ਅੰਦਰੋਂ ਇੱਕ ਭਾਵਨਾ ਹੋਵੇ, ਜਿਸ ਵੇਲੇ ਕੁਝ ਵੀ ਗੁਰੂ ਘਰ ਲੈ ਕੇ ਆਓ, ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਸਤਿਗੁਰੂ ਨਾਨਕ ਨੂੰ ਭੇਟ ਕਰਨਾ, ਕੁਝ ਵੀ ਪਹੁੰਚਦਾ। ਸਤਿਗੁਰਾਂ ਨੇ ਕਿਹਾ, ਲੈ ਮਾਂ ਮੈਨੂੰ ਚੋਲਾ, ਮਾਂ ਨੂੰ ਮਿਲ ਲਿਆ। ਤੇ ਹੁਣ ਮਾਤਾ ਤ੍ਰਿਪਤਾ, ਫਿਕਰ ਸਾਰਿਆਂ ਦਾ ਹੀ ਹੁੰਦਾ, ਮਾਵਾਂ ਕਹਿਣ ਲੱਗੇ, ਨਾਨਕੀ ਨੂੰ ਵੀ ਮਿਲ ਲੈ। ਆਖੋ ਸਾਧਨਾ। ਤੇ ਬੇਬੇ ਨਾਨਕੀ ਛੱਤ ਤੇ ਖਲੋਤੇ, ਥੱਲੇ ਇਸ ਵਾਸਤੇ ਨਹੀਂ ਆਏ, ਪਹਿਲਾਂ ਮਾਤਾ ਪਿਤਾ ਮਿਲ ਲੈ, ਫਿਰ ਮਿਲਾ। ਤੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਬੇਬੇ ਨਾਨਕੀ ਨੂੰ ਮਿਲਣ ਵਾਸਤੇ ਅੱਗੇ ਹੋਏ, ਕਿਉਂਕਿ ਛੱਤ ਤੇ ਸਨ, ਤੇ ਹੁਣ ਬੇਬੇ ਨਾਨਕੀ ਛੱਤ ਤੋਂ ਉਤਰਦੇ ਨੇ, ਪੌੜੀਆਂ ਉਤਰੇ ਕੀ ਨੇ, ਜਿਵੇਂ ਦੌੜਦੇ ਹੀ ਥੱਲੇ ਆਉਂਦੇ ਪਏ ਨੇ, ਜਿਵੇਂ ਦੌੜ ਕੇ ਆਏ ਨਾ, ਲੱਗੇ ਮੱਥਾ ਟੇਕਣ ਧੰਨ ਗੁਰੂ ਨਾਨਕ ਸਾਹਿਬ। ਪਰ ਗੁਰੂ ਨਾਨਕ ਸਾਹਿਬ ਨੇ ਅੱਗੇ ਹੋ ਕੇ ਕਾਹਲੀ ਨਾਲ ਬਾਹਾਂ ਫੜ ਲਈਆਂ, ਕਿਹਾ, ਨਾ ਭੈਣ, ਭੈਣਾਂ ਭਰਾਵਾਂ ਨੂੰ ਮੱਥੇ ਨਹੀਂ ਟੇਕਦੀਆਂ। ਆਖੋ ਸਾਧਨਾ। ਫਿਰ ਤੂੰ ਤੇ ਮੇਰੀ ਵੱਡੀ ਭੈਣ,
ਹੁਣ ਕਮਾਲ ਹੈ ਇਹ ਤੇ ਬੇਬੇ ਨਾਨਕੀ ਨੇ ਜੋ ਕਹਿ ਦਿੱਤਾ, ਕਹਿਣ ਲੱਗੇ ਹੈ ਤੂੰ ਮੇਰਾ ਛੋਟਾ ਪਰ ਆਪ ਨਾਰਾਇਣ ਹੈ, ਸਤਿਗੁਰ ਵੀ ਤੇ ਹੈ, ਪੀਰ ਫਕੀਰ ਜੋਗੀ ਜਤੀ ਰਾਜੇ ਮਹਾਰਾਜੇ ਅਮੀਰ ਗਰੀਬ ਸਭ ਤੇਰੇ ਚਰਨਾਂ ਤੇ ਮੱਥਾ ਟੇਕਦੇ। ਇੱਕ ਵਾਰੀ ਮੈਨੂੰ ਵੀ ਮੱਥਾ ਟੇਕ ਲੈਣ ਦੇ, ਦੇਖਾਂ ਤਈ ਤੇਰੇ ਚਰਨਾਂ ਚ ਕੀ ਹੈ। ਪਰ ਸਤਿਗੁਰ ਕਹਿ ਲਗੇ ਨਾ ਬੇਬੇ, ਮੈਂ ਕੁਝ ਵੀ ਹੋਵਾਂ ਤੇਰਾ ਤੇ ਛੋਟਾ ਵੀਰ ਹੀ ਆ। ਆਖੋ ਸਾਧਨਾ ਤੇਰਾ ਛੋਟਾ ਵੀਰ ਹੀ ਮੱਥਾ ਨਹੀਂ ਟੇਕਣ ਦਿੱਤਾ, ਗੱਲ ਦੇ ਨਾਲ ਲਗਾ। ਤੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ ਜਾ ਭਾਈਆ ਜੈਰਾਮ ਨੂੰ ਬੁਲਾ ਕੇ ਲਿਆ। ਥੋੜੀ ਦੇਰ ਬਾਅਦ ਭਾਈਆ ਜੈਰਾਮ ਵਾਪਸ ਆਏ। ਇੱਥੇ ਇੱਕ ਪਿਆਰ ਦੀ ਖੇਡ, ਆਪਾਂ ਜਿਤਨੇ ਵੀ ਬੈਠੇ ਹਾਂ ਉਸੇ ਪਿਆਰ ਵਿੱਚ। ਭਾਈ ਮਰਦਾਨਾ ਭਾਈਆ ਜੈਰਾਮ ਕੋਲ ਗਏ, ਬਿਰਤੀ ਲੱਗੀ ਸੀ, ਉਠਾਉਣਾ ਚਾਹਿਆ ਨਹੀਂ ਉਠਾ ਸਕੇ ਸਨ। ਫਿਰ ਗੁਰੂ ਨਾਨਕ ਸਾਹਿਬ ਗਏ ਸਨ ਅਤੇ ਨਾਲ ਲੈ ਕੇ ਆਏ। ਆਖੋ ਸਾਧਨਾ ਭਾਈ ਮਰਦਾਨਾ ਸਤਿਗੁਰ ਨਾਨਕ ਭਾਈ ਅਜੈ ਰਾਮ ਨੂੰ ਲੈ ਕੇ ਆਏ ਅਤੇ ਹੁਣ ਸਾਰੇ ਨਨਕਾਣਾ ਸਾਹਿਬ ਰਾਏ ਭੋਜ ਦੀ ਤਲਵੰਡੀ ਖਬਰ ਫੈਲ ਗਈ, ਗੁਰੂ ਨਾਨਕ ਆਇਆ ਹੈ, ਗੁਰੂ ਨਾਨਕ ਆਇਆ। ਹੁਣ ਇੱਥੇ ਦਾ ਰਾਜਾ ਰਾਏ ਬੁਲਾ, ਉਸਨੂੰ ਪਤਾ ਲੱਗਾ ਭੁੱਲ ਗਿਆ ਮੈਂ ਇੱਥੇ ਦਾ ਰਾਜਾ ਵਾਂ। ਉਹ ਵੀ ਚੱਲ ਪਿਆ, ਸਾਰੀਆਂ ਸੰਗਤਾਂ ਚੱਲ ਪਈਆਂ। ਅੱਜ ਦਿਨ ਵੀ ਕਿਹੜਾ ਸੀਗਾ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ। ਆਖੋ ਸਾਧਨਾਮ ਇੱਥੇ ਉਹ ਸ਼ਹੀਦਾਂ ਦੇ ਬਾਬਾ ਹਨੂੰਮਾਨ ਸਿੰਘ ਜੀ ਦੇ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਬੈਠੇ, ਬੇਬੇ ਨਾਨਕੀ ਦਾ ਜਨਮ ਦਿਹਾੜਾ ਮਨਾ ਰਹੇ ਹੋ ਨਾ, ਅਤੇ ਜਿਹੜੀ ਕਥਾ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਹੈ ਅਤੇ ਬੇਬੇ ਨਾਨਕੀ ਮਨਾ ਰਹੀ ਹੈ। ਆਖੋ ਸਾਧਨਾਮ ਸੰਗਤਾਂ ਮਨਾ ਰਹੀਆਂ ਨੇ, ਰੌਣਕਾਂ ਲੱਗੀਆਂ, ਦੀਪਮਾਲਾ ਹੋਈ, ਸਾਰੇ ਨਨਕਾਣਾ ਸਾਹਿਬ ਖੁਸ਼ੀਆਂ ਹੈ, ਖੁਸ਼ੀਆਂ ਹੋ ਗਈਆਂ ਨੇ। ਅਤੇ ਸਤਿ ਬੇਬੇ ਨਾਨਕੀ। ਹਾਂ ਇਹ ਗੱਲ ਜ਼ਰੂਰ ਕਹਾਂਗੇ ਆਪਾਂ, ਫਿਰ ਆਪਾਂ ਸਮਾਪਤੀ ਵੱਲ ਚੱਲਦੇ ਹਾਂ। ਜਿਹੜੇ ਭਾਈ ਸਾਹਿਬ ਸਾਡੇ ਤੋਂ ਪਹਿਲਾਂ ਕਥਾ ਕਰ ਰਹੇ ਸਨ ਉਹਨਾਂ ਇੱਕ ਗੱਲ ਕਹੀ ਸੀ, ਉਹਨਾਂ ਦਾ ਵਚਨ ਵੀ ਪੂਰਾ ਹੋ ਜਾਵੇ। ਜਿਸ ਵੇਲੇ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਸਨ ਬੇਬੇ ਨਾਨਕੀ ਦੇ, ਅਤੇ ਕਿਹਾ ਸੀ ਬੇਬੇ ਇਹ ਜਿਹੜਾ ਮਰਦਾਨਾ ਹੈ ਨਾ ਰਬਾਬ ਭਲੀ ਵਜਾਏ ਦਾ, ਰਬਾਬ ਬੜੀ ਸੋਹਣੀ ਵਜਾਉਂਦਾ ਅਤੇ ਜਿਹੜੀ ਰਬਾਬ ਹੈ ਨਾ ਉਹ ਖਰੀਦਣੀ ਹੈ ਅਤੇ ਉਹਦੇ ਵਾਸਤੇ ਪੈਸੇ ਦੂਰ ਦੇ ਭੈਣ ਭਰਾ ਦਾ ਅਗੰਮੀ ਨੇ ਨਾ, ਅਤੇ ਬੇਬੇ ਨਾਨਕੀ ਨੇ ਪੈਸੇ ਦਿੱਤੇ, ਭਾਈ ਮਰਦਾਨੇ ਨੇ ਰਬਾਬ ਖਰੀਦੀ। ਅਤੇ ਇੱਥੇ ਸਤਿਗੁਰਾਂ ਨੇ ਇੱਕ ਗੱਲ ਕਹੀ ਸੀ, ਬੇਬੇ ਮੈਂ ਜਦ ਰਬਾਬ ਜਾਵਾਂਗਾ ਨਾ ਜਿੱਥੇ ਵਾਹਿਗੁਰੂ ਨੂੰ ਯਾਦ ਕਰਾਂਗਾ ਬੇਬੇ, ਉਹਦੀ ਬਾਣੀ ਉਚਾਰਾਂਗਾ, ਤੈਨੂੰ ਵੀ ਯਾਦ ਕਰਾਂਗਾ ਜਦ ਮਰਦਾਨਾ ਰਬਾਬ ਜਾਵੇ। ਅਤੇ ਬੇਬੇ ਨਾਨਕੀ ਨੇ ਬੜੇ ਪਿਆਰ ਨਾਲ ਕਿਹਾ ਸੀ, ਅਤੇ ਜਦ ਮੈਂ ਯਾਦ ਕਰਾਂ ਫਿਰ, ਜਦ ਮੈਂ ਯਾਦ ਕਰਾਂ ਫਿਰ, ਅਤੇ ਸਤਿਗੁਰਾਂ ਨੇ ਕਿਹਾ ਸੀ ਬੇਬੇ ਤੂੰ ਜਦੋਂ ਵੀ ਯਾਦ ਕਰੇਗੀ ਤੇਰੇ ਕੋਲ ਚਲੇ ਗਏ ਸਤਿਗੁਰੂ ਦਾਸੀ ਧਾਰ ਕੇ ਦੁਨੀਆਂ ਨੂੰ ਉਤਾਰ ਦੇ। ਔਰ ਇੱਕ ਦਿਨ ਸੁਲਤਾਨਪੁਰ ਲੋਧੀ ਚੁੱਲ੍ਹਾ ਬਾਲਿਆ ਹੋਇਆ, ਤਵਾ ਰੱਖਿਆ ਹੋਇਆ, ਬੇਬੇ ਨਾਨਕੀ ਪ੍ਰਸ਼ਾਦਾ ਤਿਆਰ ਕਰਦੇ,
ਪਕਾਉਂਦੇ ਆ ਪਕਾਉਂਦੇ ਆ ਫਿਰ ਪੇੜਾ ਆਪਣੇ ਆ ਫੁਲਕਾ ਬਣਾਇਆ ਤੇ ਤਵੇ ਤੇ ਪਾਇਆ, ਜਿਵੇਂ ਫੁਲਕਾ ਫੁੱਲਿਆ ਨਾ ਤੇ ਵੀਰ ਯਾਦ ਆ ਗਿਆ, ਜਦੋਂ ਫੁਲਕਾ ਫੁੱਲਿਆ ਤੇ ਵੀਰ ਯਾਦ ਆ ਗਿਆ। ਅੱਜ ਕੱਲ੍ਹ ਤੇ ਭੈਣਾਂ ਭਰਾਵਾਂ 'ਚ ਪਿਆਰ ਘਟਦਾ ਜਾਂਦਾ ਕਿਉਂਕਿ ਪੈਸਾ ਆ ਗਿਆ, ਆਖੋ ਸਾਰਾ ਪਿਆਰ ਤੇ ਵਿਚਾਰਾ ਤਰਸਦਾ, ਆਹ ਕੋਈ ਮੈਨੂੰ ਲਵੇ ਤੇ ਸਹੀ। ਭੈਣਾਂ ਭਰਾਵਾਂ 'ਚ ਵੀ ਚੀਜ਼ਾਂ ਆ ਗਈਆਂ, ਮਾਇਆ ਨੇ ਰਿਸ਼ਤੇ ਦੂਰ ਕਰ ਦਿੱਤੇ। ਬੇਬੇ ਨਾਨਕੀ ਦੇਖਿਆ ਫੁਲਕਾ ਫੁੱਲ ਗਿਆ ਹੈ ਨਾ ਤੇ ਵੀਰ ਯਾਦ ਆ ਗਿਆ। ਸਤਿਗੁਰ ਨਾਨਕ ਨੂੰ ਕਿਹਾ, ਵੀਰ ਤੁਸਾਂ ਕਿਹਾ ਸੀ ਬੇਬੇ ਕਿਹਾ ਸੀ ਬੇਬੇ ਜਦੋਂ ਵੀ ਯਾਦ ਕਰੇਗੀ ਮੈਂ ਤੇਰੇ ਕੋਲ ਹੋਵਾਂਗਾ। ਫੁਲਕਾ ਫੁੱਲਿਆ ਹੈ ਨਾ ਤੈਨੂੰ ਖਵਾਉਣ ਨੂੰ ਮਨ ਕਰਦਾ, ਆਖੋ ਸਾਧਨਾ। ਵੈਸੇ ਅੱਜ ਕੱਲ੍ਹ ਬੀਬੀਆਂ ਪੁਰਾਣਾ ਮੰਨੇ ਉਸ ਵੀ ਘਰ ਪਰਿਵਾਰ ਵਾਲੇ ਫੁਲਕਾ ਫੁੱਲਣ ਹੀ ਨਹੀਂ ਦਿੰਦੀਆਂ, ਆਖੋ ਸਾਧਨਾ। ਵਿਚਾਰਾ ਮਾੜਾ ਜਿਹਾ ਉੱਠਦਾ ਨਾਲ ਹੀ ਕੱਪੜਿਆਂ ਨੂੰ ਨੱਪ ਦੇਣਾ, ਕੌਲੀ ਬੜੀ ਹੁੰਦੀ ਨਾ ਹਰ ਕਿਸੇ। ਪਹਿਲਾਂ ਫੁਲਕਾ ਫੁੱਲਣਾ ਫੇਰ ਖਵਾਉਣਾ, ਘਿਓ ਨਾਲ ਚੋਪੜ ਕੇ ਤੇ ਮਾਵਾਂ ਦਾ ਹੁੰਦਾ ਸੀ ਨਾ ਵਿੱਚ ਮੱਖਣ ਵੀ ਪਾ ਦੇਣਾ, ਫੁੱਲਿਆ ਫੁਲਕਾ ਹੁੰਦਾ ਸੀ ਨਾ ਥੋੜ੍ਹਾ ਜਿਹਾ ਆਪਣੇ ਤੋੜ ਕੇ ਉਹਨੂੰ ਵਿੱਚ ਮੱਖਣ ਪਾ ਕੇ ਘਿਓ ਪਾ ਕੇ ਖਵਾਉਣਾ। ਕਈ ਵਾਰੀ ਚੋਰੀ ਵੀ ਖਵਾਉਂਦੀਆਂ ਹੁੰਦੀਆਂ ਸਨ, ਸੱਸ ਕਿਧਰੇ ਗੁੱਸਾ ਨਾ ਕਰੇ ਪੁੱਤਰ ਨੂੰ ਘਿਓ ਖਵਾਉਂਦੀ, ਆ ਕੋਠਾ ਦਾ ਕਈ ਕੁਛ ਹੁੰਦਾ ਘਰਾਂ 'ਚ ਤਾਂ ਹੁੰਦਾ ਨਾ। ਪਰ ਆਪਾਂ ਸਾਰੇ ਆਪਣੇ ਘਰਾਂ 'ਚ ਪਿਆਰ ਵਾਪਸ ਲੈ ਗਏ ਤੇ ਵਿਚਾਰ ਕਰ ਰਹੇ ਸੀ ਫੁਲਕਾ ਬੋਲਿਆ ਤੇ ਬੇਬੇ ਨਾਨਕੀ ਨੇ ਯਾਦ ਕੀਤਾ ਤੇ ਬੇਬੇ ਨਾਨਕੀ ਦੇ ਕੰਨਾਂ 'ਚ ਵੀ ਆਵਾਜ਼ ਪਈ, ਬੇਬੇ ਸਤ ਕਰਤਾ, ਬੇਬੇ ਸਤ ਕਰਤਾ। ਸਿਰ ਚੁੱਕ ਕੇ ਦੇਖਿਆ ਗੁਰੂ ਨਾਨਕ ਖਲੋਤਾ, ਇਤਨਾ ਚਾਅ ਪਿਆਰ ਆਇਆ ਸਭ ਕੁਛ ਭੁੱਲ ਗਏ, ਉੱਠ ਕੇ ਦੌੜੇ ਲੱਗੇ ਫਿਰ ਮੱਥਾ ਟੇਕਣ, ਪਰ ਗੁਰੂ ਨਾਨਕ ਨੇ ਬਾਹਾਂ ਪਕੜ ਲਈਆਂ, ਨਾ ਬੇਬੇ ਤੂੰ ਵੱਡੀ ਹੈ ਮੇਰੀ ਮਾਵਾਂ ਵਰਗੀ, ਆ ਖੁਸ਼ਾ ਮੱਥਾ ਨਹੀਂ ਟੇਕਣ ਦਿੱਤਾ। ਕੋਲ ਜਾ ਕੇ ਬਹਿ ਗਏ ਤੇ ਕਹਿਣਗੇ ਲਿਆ ਬੇਬੇ ਮੰਗਣ ਫੁਲਕਾ ਸ਼ਿਕਾ। ਸਾਧ ਸੰਗਤ
ਹੁਣ ਕਈ ਹੈ ਨੇ ਇੱਦਾਂ ਦੇ ਕਿ ਇਹ ਕਿੱਦਾਂ ਹੋ ਸਕਦਾ, ਫੁਲਕਾ ਫੁੱਲਿਆ ਬੁਲਾਇਆ ਤੇ ਆ ਗਿਆ, ਤੇਰੀ ਗੱਲ ਥੋੜ੍ਹੀ ਹੈ, ਨਾ ਤੇਰਾ ਜੀਵਨ, ਨਾ ਬਾਣੀ, ਨਾ ਬੰਦਗੀ, ਨਾ ਸਿਮਰਨ ਤੇਰਾ, ਇਹ ਤੇ ਗੁਰੂ ਨਾਨਕ ਦੀ ਗੱਲ ਹੈ ਅਤੇ ਬੇਬੇ ਨਾਨਕ ਜੀ ਦੀ ਆਖੋ ਸਤਨਾਮ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਵਚਨ ਨੇ, ਇਹ ਸਿੱਖਾਂ ਦੁਨੀਆਂ ਦੇ ਕਿਸੇ ਕੋਣੇ ਵੀ ਹੋ, ਗੁਰੂ ਨਾਨਕ ਨੂੰ ਮਨ ਕਰਕੇ ਯਾਦ ਕਰੇਗਾ, ਤੈਨੂੰ ਨਜ਼ਰ ਆਵੇ ਜਾਂ ਨਾ ਆਵੇ, ਗੁਰੂ ਨਾਨਕ ਤੇਰੇ ਕੋਲ ਹੋਣਗੇ, ਆਖੋ ਸਤਨਾਮ। ਇਹ ਵੱਡਿਆਂ ਦੀਆਂ ਗੱਲਾਂ ਨੇ, ਨਾ ਜੀਵਨ, ਨਾ ਬੰਦਗੀ, ਨਾ ਭਗਤੀ, ਅਤੇ ਆਪਾਂ ਨੁਕਤਾ ਜੀ ਨਹੀਂ ਕਰਨ ਲੱਗੇ, ਮਿੰਟ ਨਹੀਂ ਲਗਾਉਂਦੇ, ਆਖੋ ਸਤਨਾਮ ਸੀ। ਬੇਬੇ ਨਾਨਕੀ ਨੇ ਸਤਿਗੁਰਾਂ ਦਾ ਸਾਰੀਆਂ ਸੰਗਤਾਂ ਨਾਲ ਮਿਲ ਕੇ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਸੁਲਤਾਨਪੁਰ ਲੋਧੀ ਵੀ ਯਾਦ ਕੀਤਾ, ਗੁਰੂ ਨਾਨਕ ਆਇਆ, ਆਖੋ ਸਤਨਾਮ। ਆਓ, ਸਮਾਂ ਹੋ ਗਿਆ ਸਮਾਪਤੀ ਦਾ, ਆਖਰੀ ਪੰਕਤੀ ਪੜ੍ਹਨੀ ਹੈ, ਫਿਰ ਅਨੰਦ ਸਾਹਿਬ ਦਾ ਪਾਠ ਕਰਨਾ ਨਾਲ। ਹੁਣ ਇੱਕ ਬੇਨਤੀ ਕਰੇਗਾ, ਜਿਵੇਂ ਪਹਿਲਾਂ ਮੈਂ ਕਿਹਾ, ਜਿਤਨੇ ਭਾਈ ਭਾਈ ਬੈਠੇ ਹੋ ਸਿਰਫ 2-4 ਮਿੰਟ ਨੇ, ਹੱਥ ਜੋੜੋ, ਗੁਰੂ ਗ੍ਰੰਥ ਸਾਹਿਬ ਜੀ ਗੁਰੂ ਦਰਸ਼ਨ ਸਤਿਗੁਰੂ ਨਾਨਕ ਦੇ ਕਹੀਏ ਦਾਦਾ, ਸਾਰਿਆਂ ਦੀ ਛਾਵਾਂ ਪੂਰੀਆਂ ਕਰ ਦਿਓ। ਅੱਜ ਇਹ ਕਹਿਣਾ, ਤੁਸੀਂ ਆਪਣੇ ਬੇਬੇ ਨਾਨਕੀ ਨਾਲ ਬਹੁਤ ਪਿਆਰ ਕਰਦੇ, ਬੇਬੇ ਨਾਨਕੀ ਦਾ ਕਿਹਾ ਕਦੇ ਨਹੀਂ ਮੋੜਿਆ, ਸਤਿਗੁਰ ਬੇਬੇ ਨਾਨਕੀ ਦੀ ਸਦਕਾ ਸਾਡੀ ਵੀ ਜੋੜੀ ਬਣ, ਚੰਗੀਆਂ ਮਾੜੀਆਂ ਜੈਸੇ ਵੀ ਆ, ਤੇਰੇ ਨਾਲ ਪਿਆਰ ਬਹੁਤ ਕਰਦੇ ਹਾਂ, ਚੜ੍ਹਦੀ ਕਲਾ ਦੇ, ਮਨ ਵੀ ਚੜ੍ਹਦੀ ਕਲਾ 'ਚ ਰਹਿਣ, ਘਰ ਪਰਿਵਾਰ ਵੀ ਸੁਖੀ ਵਸਣ, ਦੁਸ਼ਟਾਂ ਦੁਖਿਆਂ ਤੋਂ ਬਚਾ ਕੇ ਅਤੇ ਮਿਹਨਤ ਨਜ਼ਰ